ਤੁਸੀਂ ਜੇ 10 ਮਿੰਟ ਖੜ ਵੀ ਜਾਓ ਨਾ ਜਾ ਕੇ ਬੁੱਢੇ ਦਰਿਆ ਦੇ ਉੱਤੇ ਤਾਂ ਉਹਦੇ ਵਿੱਚੋਂ ਇੰਨੀਆਂ ਗੈਸਾਂ ਦੀ ਜ਼ਹਿਰ ਚੜ੍ਹਦੀ ਆ ਬੰਦੇ ਨੂੰ, ਸੰਗ ਮੱਚਦਾ, ਅੱਖਾਂ ਮੱਚਦੀਆਂ, ਚਮੜੀ ਤੇ ਖੋਤਰਣ ਲੱਗ ਜਾਂਦੀ। ਬੁੱਢੇ ਦਰਿਆ ਦੇ ਉੱਤੇ ਆ, ਬੁੱਢਾ ਨਾਲਾ ਬਣ ਗਿਆ। ਅੱਜ ਕੱਲ੍ਹ ਦਰਿਆ ਤਾਂ ਰਿਹਾ ਹੀ ਨਹੀਂ, ਉਹ ਸਮਾਂ ਸੀ ਉਹ ਦਰਿਆ ਹੁੰਦਾ ਸੀ, ਲੋਕ ਪਾਣੀ ਪੀਂਦੇ ਸੀ ਉਹਦਾ। ਉਹ ਕਹਿੰਦਾ ਬਾਈ ਮੈਂ 15 ਸਾਲ ਤੋਂ ਚੌਕੀਦਾਰਾ ਕਰਦਾ ਇੱਥੇ, ਆਹ ਜਿਹੜਾ ਫੈਕਟਰੀ ਦੇ ਗੇਟ ਲੱਗਿਆ ਹੋਇਆ ਲੋਹੇ ਦਾ ਸਰਗੇ ਦਾ, ਕਹਿੰਦਾ ਆਹ ਜਦੋਂ ਪੁਰੇ ਦੀ ਹਵਾ ਵਗਦੀ ਹੈ ਨਾ, ਆਹ ਜਿੰਨਾ ਕੈਮੀਕਲ ਉੱਡ ਕੇ ਫੈਕਟਰੀ ਦੇ ਗੇਟ ਤੇ ਪੈਂਦਾ, ਉਹ ਗੇਟ ਲੋਹਾ ਵੀ ਇਹ ਕੈਮੀਕਲ ਨੇ ਗਾ। ਸਤਲੁਜ ਦੇ ਵਿੱਚ ਪਿਛਲੇ 30-40 ਸਾਲ ਤੋਂ ਲਗਾਤਾਰ ਜ਼ਹਿਰਾਂ ਪਾਈਆਂ ਜਾ ਰਹੀਆਂ। ਇਹ ਏਰੀਆ ਜੇ ਮਾੜਾ ਮੋਟਾ ਆਬਾਦ ਹੋਇਆ, ਬਹਾਲ ਹੋਇਆ ਤਾਂ ਨਹਿਰੀ ਪਾਣੀ ਕਰਕੇ ਹੋਇਆ, ਪਰ ਉਹ ਨਹਿਰਾਂ 'ਚ ਵੀ ਜ਼ਹਿਰ ਪਾ ਦਿੱਤੀ ਗਈ ਆ। ਜਿਹੜੇ ਜ਼ਿਲ੍ਹੇ ਲੁਧਿਆਣੇ ਤੋਂ ਲੈ ਕੇ ਫਿਰੋਜ਼ਪੁਰ, ਫਰੀਦਕੋਟ, ਮੁਕਤਸਰ, ਹਵੋਰ, ਫਾਲਕਾ ਦਾ ਏਰੀਆ, ਸਾਰਾ ਏਰੀਆ ਇਹ ਪੂਰਾ ਸਤਲੁਜ ਦਾ ਪਾਣੀ ਪੀਂਦਾ। ਤੇ ਸਤਲੁਜ ਦੇ ਵਿੱਚ ਪਿਛਲੇ 30-40 ਸਾਲ ਤੋਂ ਲਗਾਤਾਰ ਜ਼ਹਿਰਾਂ ਪਾਈਆਂ ਜਾ ਰਹੀਆਂ ਨੇ। ਜਿਹੜੀਆਂ ਡੈਂਗ ਫੈਕਟਰੀਆਂ, ਉਨਰੰਗਣ ਵਾਲੀਆਂ ਫੈਕਟਰੀਆਂ ਨੇ, ਪੂਰੇ ਯੂਰਪ 'ਚ ਬੰਦ ਆ, ਪੂਰੇ ਦੱਖਣ ਭਾਰਤ 'ਚ ਬੰਦ ਆ, ਉੱਥੋਂ ਦੀਆਂ ਹਾਈ ਕੋਰਟਾਂ ਨੇ ਬੰਦ ਕੀਤੀਆਂ ਹੋਈਆਂ ਨੇ, ਇੰਗਲੈਂਡ, ਕਨੇਡਾ, ਅਮਰੀਕਾ 'ਚ ਬੰਦ ਆ, ਪਰ ਉਹ ਪੰਜਾਬ ਦੀ ਧਰਤੀ ਦੇ ਉੱਤੇ ਲੁਧਿਆਣੇ ਦੇ ਵਿੱਚ 1, 2, 10, 20 ਸੈਂਕੜੇ ਦੀ ਗਿਣਤੀ ਉਹਨਾਂ ਦੀ, ਜਿਹੜੀਆਂ ਉਨਰੰਗਣ ਵਾਲੀਆਂ ਕਾਰਖਾਨੇ ਆ ਉਹਨਾਂ ਦੀ ਉੱਥੇ ਗਿਣਤੀ। ਮੈਂ ਤੁਹਾਨੂੰ ਪਹਿਲਾਂ ਇੱਕ ਬੇਨਤੀ ਕਰੂੰਗਾ ਵੀ ਤੁਸੀਂ ਸਾਰੇ, ਤੁਹਾਡੇ ਮੈਂ ਇਸ 18 ਦੇ ਏਰੀਏ 'ਚ ਆਇਆ, ਤੁਹਾਡੇ 35 ਫੁੱਟ ਤੋਂ ਲੈ ਕੇ 1700 ਫੁੱਟ ਤੱਕ ਦੱਸਿਆ ਗਿਆ ਕਿ ਪਾਣੀ ਥੱਲੇ ਮਾੜਾ ਹੈ। ਮਾੜਾ ਚੰਗਾ ਮਾੜਾ ਪਾਣੀ ਹੈ। ਇਹ ਏਰੀਆ ਜੇ ਮਾੜਾ ਮੋਟਾ ਆਬਾਦ ਹੋਇਆ, ਬਹਾਲ ਹੋਇਆ ਤਾਂ ਨਹਿਰੀ ਪਾਣੀ ਕਰਕੇ ਹੋਇਆ, ਪਰ ਉਹ ਨਹਿਰਾਂ 'ਚ ਵੀ ਜ਼ਹਿਰ ਪਾ ਦਿੱਤੀ ਗਈ ਆ। ਗਲੀਪੁਰ ਪਿੰਡ ਜਿੱਥੇ ਬੁੱਢਾ ਦਰਿਆ ਆ ਕੇ ਸਤਲੁਜ 'ਚ ਪੈਂਦਾ, ਉੱਥੇ ਤੁਸੀਂ ਜੇ 10 ਮਿੰਟ ਖੜ ਵੀ ਜਾਓ ਨਾ ਜਾ ਕੇ ਬੁੱਢੇ ਦਰਿਆ ਦੇ ਉੱਤੇ ਤਾਂ ਉਹਦੇ ਵਿੱਚੋਂ ਇੰਨੀਆਂ ਗੈਸਾਂ ਦੀ ਜ਼ਹਿਰ ਚੜ੍ਹਦੀ ਆ ਬੰਦੇ ਨੂੰ, ਸੰਗ ਮੱਚਦਾ, ਅੱਖਾਂ ਮੱਚਦੀਆਂ, ਚਮੜੀ ਤੇ ਖੋਤਰਣ ਲੱਗ ਜਾਂਦੀ। ਅਸੀਂ ਗੌਸਪੁਰੇ ਪਿੰਡ ਖੜੇ ਬੁੱਢੇ ਦਰਿਆ ਦੇ ਉੱਤੇ ਆ, ਬੁੱਢਾ ਨਾਲਾ ਬਣ ਗਿਆ। ਅੱਜ ਕੱਲ੍ਹ ਦਰਿਆ ਤਾਂ ਰਿਹਾ ਹੀ ਨਹੀਂ, ਉਹ ਸਮਾਂ ਸੀ ਉਹ ਦਰਿਆ ਹੁੰਦਾ ਸੀ, ਲੋਕ ਪਾਣੀ ਪੀਂਦੇ ਸੀ ਉਹਦਾ। ਉਹ ਬੁੱਢੇ ਨਾਲੇ ਦੇ ਉੱਤੇ ਇੱਕ ਫੈਕਟਰੀ ਲੱਗੀ ਆ ਗੌਸਪੁਰੇ ਪਿੰਡ, ਅਸੀਂ ਪਿੰਡਾਂ ਨਾਲ ਗੱਲਾਂ ਕਰ ਰਹੇ ਹਾਂ। ਇੱਕ ਚੌਕੀਦਾਰ ਆਇਆ ਉੱਥੇ ਜਿਹੜਾ ਫੈਕਟਰੀ 'ਚ ਲੱਗਿਆ ਹੋਇਆ, ਉਹ ਕਹਿੰਦਾ ਬਾਈ ਮੈਂ 15 ਸਾਲ ਤੋਂ ਚੌਕੀਦਾਰਾ ਕਰਦਾ ਇੱਥੇ, ਆਹ ਜਿਹੜਾ ਫੈਕਟਰੀ ਦੇ ਗੇਟ ਲੱਗਿਆ ਹੋਇਆ ਲੋਹੇ ਦਾ ਸਰਗੇ ਦਾ, ਕਹਿੰਦਾ ਆਹ ਜਦੋਂ ਪੁਰੇ ਦੀ ਹਵਾ ਵਗਦੀ ਹੈ ਨਾ, ਆਹ ਜਿੰਨਾ ਕੈਮੀਕਲ ਉੱਡ ਕੇ ਫੈਕਟਰੀ ਦੇ ਗੇਟ ਤੇ ਪੈਂਦਾ, ਉਹ ਗੇਟ ਲੋਹਾ ਵੀ ਇਹ ਕੈਮੀਕਲ ਨੇ ਗਾ। ਆਹ ਅਗਸਤ ਦਾ ਮਹੀਨਾ 1945 ਦੇ ਵਿੱਚ ਜਾਪਾਨ ਦੇ ਦੋ ਵੱਡੇ ਸ਼ਹਿਰ ਹੀਰੋਸ਼ੀਮਾ ਦੇ ਨਾਗਾਸਾਕੀ ਦੇ ਬੰਬ ਸੁੱਟੇ ਗਏ ਸੀ, ਉਹਦਾ ਅਸਰ ਅੱਜ ਤੱਕ ਵੀ ਦਿਖਦਾ ਉੱਥੇ, ਅੱਜ ਵੀ ਜੀਵਨ ਸੰਭਵ ਨਹੀਂ ਹੈਗਾ। ਤੇ ਜਿਹੜਾ ਕੈਮੀਕਲ, ਜਿਹੜਾ ਯੂਰੇਨੀਅਮ, ਜਿੰਨੇ ਹੈਵੀ ਮੈਟਲ, ਜਿੰਨੇ ਪਾਵੇ ਵਰਗੀਆਂ ਧਾਤਾਂ ਪਾਣੀ 'ਚ ਪਾ ਤੀਆਂ, ਚਾਹੇ ਦਰਿਆਵਾਂ 'ਚ ਪਾ ਦੀਆਂ, ਚਾਹੇ ਧਰਤੀ ਹੇਠਾਂ ਪਾ ਦੀਆਂ, ਵੱਡੇ ਵੱਡੇ ਬੋਰ ਕਰਕੇ ਧਰਤੀ ਹੇਠਾਂ ਪਾਈਆਂ ਜਾ ਰਹੀਆਂ ਨੇ। ਆਪਾਂ ਦਰਿਆਵਾਂ ਦਾ ਪਾਣੀ ਲੜ ਭਿੜ ਕੇ ਸਾਫ਼ ਕਰ ਲਾਂਗੇ, ਜਿਹੜਾ ਜ਼ਹਿਰ ਧਰਤੀ ਹੇਠਾਂ ਪਾਤਾ, ਪੱਤਣਾਂ 'ਚ ਰਲਾਤਾ, ਉਹ ਆਪਾਂ ਸਾਫ਼ ਕਿਵੇਂ ਕਰ ਲਾਂਗੇ? ਉਹਦਾ ਹਜ਼ਾਰਾਂ ਸਾਲ ਵੀ ਸਾਫ਼ ਹੋਣਾ।